15 ਅਗਸਤ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਵੀ ਮੁਸਤੈਦੀ ਵਰਤ ਰਹੀ ਹੈ। ਜਲੰਧਰ ਵਿੱਚ ਪੁਲਿਸ ਨੇ ਬੱਸ ਸਟੈਂਡ ਤੇ ਚੈਕਿੰਗ ਕੀਤੀ ਅਤੇ ਡਾਗ ਸਕਿਓਰ ਦੀ ਮਦਦ ਵੀ ਲਈ ਗਈ। ਇਸ ਮੌਕੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਹਾਲੇ ਤੱਕ ਇਹ ਰੂਟੀਨ ਚੈਕਿੰਗ ਹੀ ਕਹੀ ਜਾ ਸਕਦੀ ਹੈ, ਪਰ 15 ਅਗਸਤ ਦੇ ਮੱਦੇਨਜ਼ਰ ਵੀ ਖਾਸ ਸਾਵਧਾਨੀ ਵਰਤੀ ਜਾ ਰਹੀ ਹੈ।